ਵੀ ਆ ਅੰਗਲ ਗਈ ਹੈ ਮੁੱਛੀ ਕੀ ਸੂਰਤ ਹਾਲ ਬਣੀ ਕਿਵੇਂ ਲੱਗੀ ਹੈ ਕੋਈ ਹਾਲ ਮੰਮੀ ਕਿਵੇਂ ਗੱਡੀ ਖੜੀ ਹੈ ਹਾਂ ਇਹ ਖੜੀ ਰਹਿ ਗਈ ਹੈ ਗੱਡੀ ਸਲੋ ਹੋਇ ਚਾਹੀ ਅੱਛਾ ਫਿਰ ਮੈਂ ਤੇਰੇ ਉਹ ਕਰ ਦੇ ਮੱਠਾ ਕਰ ਕੀ ਬੰਦੇ ਕਨੇ ਨਾ ਮੰਗੇ ਨੇ 50000 ਰੁਪਿਆ ਹਸਪੀਟਲ ਵਾਲੇ ਕਿਤੇ ਦੀ ਮਾਰਾ ਠੀਕ ਥੀ ਵਸੀ ਮੋ ਤਰਾਡੀ ਠੀਕ ਥੀ ਤਰਾ ਜੀ ਮਾਰਾ ਠੀਕ ਥੀ ਵਸੀ ਕਈ ਵੇਂਦੇ ਵਾਪਸ ਵੱਲ ਨਹੀਂ ਆਏ ਮੈਂ ਗੱਲ ਗਏ ਹਨ ਗੁਜ਼ਰਾਨ ਦੇ ਵਿੱਚ ਕਈ ਹਾਰ ਚ ਫਾਇਦੇ ਚਾਹਤੇ ਹਨ ਕਈ ਜੀਤ ਕੇ ਰਹਿ ਨੁਕਸਾਨ ਦੇ ਵਿੱਚ ਕਈ ਜੀਤ ਕੇ ਰਹਿ ਨੁਕਸਾਨ ਅਸਲਾਮ ਅਲੈਕੁਮ ਚੈਲੰਜ ਤੇ ਵੀ ਅਸੀਂ ਠੀਕ ਹੈ ਮੈਂ ਤੇਬ ਖਗਾ ਤਾਂ ਤੁਸੀਂ ਸਾਡੇ ਮੇਰੇ ਯੂਟਿਊਬ ਚੈਨਲ ਦੇ ਹਾਤੀ ਖਗਾ ਵੈਲਕਮ ਕਰਨਾ ਤੁਹਾਡਾ ਬ੍ਰਾਂਡ ਨਿਊ ਵਲੌਗ ਦੇ ਵਿੱਚ ਤੇ ਸਾਹਮਣੇ ਡੇਦੇ ਪਿਓ ਉੱਥਾ ਕਰ ਪਾਇਆ ਸੀ ਗਾਗੀ ਗਾਗੀ ਕੋਈ ਯਾਰ ਮੋਟਰਸਾਈਕਲ ਲੱਗੀ ਹੈ ਕੋਈ ਉਹ ਪਿੱਛੋਂ ਬੰਦਾ ਪੇਟ ਹੀ ਸਾਡੇ ਇਲਾਕੇ ਦਾ ਲੋਡ ਕੀਤੀ ਉਹਦੇ 'ਚ ਹੁੰਦੀ ਨਾ ਉਂਗਲੀ ਪਤਾ ਨਹੀਂ ਕਟੀ ਗਈ ਹੈ ਕਟਾਵਣੀ ਹੈ ਮਤਲਬ ਉਹਨੇ ਆ ਕੇ ਵੀ ਖਤਾ ਮੈਂ ਨਕਾਰ ਆਏ ਕਟਵਾ ਦਿਓ ਹੁਣ ਬਦਵਾਵਣ ਗਏ ਅੰਡੂ ਜਾਈ ਤਾਂ ਤਰੁੱਟੀ ਹੈ ਪਤਾ ਨਹੀਂ ਕਿਵੇਂ ਕਿਆ ਨਿਜ਼ਾਮ ਹੈ ਜੁਲ ਕੇ ਹੁੰਦੇ ਕਹਿੰਦੇ ਹਾਲ ਹਵੀ ਲਗਿੰਦੇ ਹੈ ਪੂਰਾ ਅਤੇ ਕਿਆ ਸੂਰਤ ਹਾਲ ਹੈ ਅਤੇ ਮੈਂ ਘਰ ਬੈਠ ਰਹੀ ਹਾਂ ਰੋਟੀ ਛੋਟੀ ਖਾਧੀ ਹੈ ਰੋਟੀ ਛੋਟੀ ਖਾਣ ਤੋਂ ਬਾਅਦ ਵਾਲ ਹੁਣ ਈਜ਼ੀ ਥਾਏ ਹੈ ਹੁਣ ਬਾਹਰੋਂ ਨਿਕਲ ਆਏ ਹੈ ਬਾਹਰੋਂ ਦਾ ਮੌਸਮ ਅੱਜ ਦਾ ਤੁਹਾਨੂੰ ਦਿਖਾ ਦਿੰਦੇ ਹਾਂ ਕਿਆ ਮੌਸਮ ਚੱਲਦਾ ਪਿਆ ਮੌਸਮ ਥੋੜ੍ਹਾ ਹੌਟ ਹੈ ਮਤਲਬ ਗਰਮ ਹੈ ਪਿਆ ਲੇਕਿਨ ਹੁਣ ਸਹੀ ਹੈ ਹੁਣ ਜੁਲ ਕੇ ਗਾਗੂ ਦਾ ਹੱਥ ਦੇਦੇ ਹਾਂ ਤੁਹਾਨੂੰ ਵੀ ਦਿਖਾਉਂਦੇ ਹਾਂ ਅਤੇ ਪਹਿਲੇ ਹੁੰਦੇ ਯਾਰ ਕਿਆ ਆਖਦੇ ਹਨ ਤਿਮਾਰਦਾਰੀ ਆਖਦੇ ਹਨ ਔਰ ਮਰੀਜ਼ ਕੋ ਪੁੱਛਣ ਯਾਦਤ ਆਖਦੇ ਹਨ ਉਹ ਕਾਰਗਨ ਵੱਲ ਮਿਲ ਜਾਣ ਪਹਿਲੇ ਅਗਰ ਤੁਸੀਂ ਚੈਨਲ ਦੇ ਨਵੇਂ ਤਾਂ ਚੈਨਲ ਕੋ ਲਾਜ਼ਮੀ ਸਬਸਕ੍ਰਾਈਬ ਕਰੇ ਸੋ ਹੁਣ ਸਲਾਮ ਕਿਹੜੇ ਹੱਥ ਨਾਲ ਕਰੇ ਨਾ ਅਸਲਾਮ ਵਾਲੇਕੁਮ ਸਰ ਜੀ ਕਿਆ ਤਬੀਅਤ ਸੀ ਹੁਣ ਓਕੇ ਬੋਤਲ ਹੀ ਲੱਗੀ ਹੈ ਇਹ ਕਿਆ ਖੂਨ ਲੱਗਦਾ ਖੜੇ ਇੱਥੋਂ ਨਿਕਲਦਾ ਖੜਿਆ ਹਾਲੀ ਵੀ ਅੰਕਲ ਗਈ ਹੈ ਮੁੱਛੀ ਕਿਆ ਸੂਰਤ ਹਾਲ ਬਣੀ ਹੈ ਕਿਵੇਂ ਲੱਗੀ ਹੈ ਕੋਈ ਹਾਲ ਮੰਮੀ ਕਿਵੇਂ ਗੱਡੀ ਖੜੀ ਹੈ ਹਾਂ ਇਹ ਖੜੀ ਰਹਿ ਗਈ ਹੈ ਗੱਡੀ ਸਲੋ ਹੋਇ ਚਾਹੀ ਅੱਛਾ ਫਿਰ ਮੈਂ ਤੇਰੇ ਉਹ ਕਰਦੇ ਮੱਠਾ ਕਰਦੇ ਬੋਲਾ ਮੈਂ ਖੜ ਗਿਆ ਅੱਛਾ ਉਹ ਭੈਣ ਕਦੇ ਸੱਟਿਸ ਨਾ ਮੰਮੀ ਇਹ ਇੱਕਦਮ ਕੱਟ ਤੇ ਮਾਰੇ ਸੀ ਅੰਕਲ ਮੇਰੇ ਇਹ ਕਰੀ ਇਹ ਥਾ ਖੜੀ ਹੈ ਮਾਰੇ ਦੇ ਸੱਟ ਪੇਟੀ ਪੀ ਲੱਗੇ ਖਤਮ ਪੈ ਗਿਆ ਅੱਛਾ ਉਹਦੇ ਨਹੀਂ ਮੈਂ ਕਦਾ ਪਏ ਉਹ ਕਰ ਅੰਕਲ ਦਾ ਧਿਆਨ ਕਰ ਮੈਂ ਐਸੇ ਵਸੀਮ ਆ ਗਏ ਹੁਣ ਮੈਨੇ ਪਾਇਆ ਬੋਤਲ ਖਿਨਣ ਤੇ ਆਖਦਾ ਪੰਜ ਬੋਤਲ ਖਿਨਣ ਪੁਰਾਣਾ ਯਾਰ ਇਹ ਨਵਾਂ ਕਰਵੈਂਦੇ ਪਾਏ ਹੁਣ ਤੇ ਜੁਲਦੇ ਆ ਬੋਤਲ ਖਿਨਣ ਨੇ ਵਸੀਮ ਦੀ ਗੱਡੀ ਦੇ ਉੱਤੇ ਆ ਮੁਹੰਮਦ ਜੁਲ ਗਿਆ ਬੋਤਲ ਕਿੱਥੇ ਉਹ ਸਵਾਲ ਆਏ ਮਮੋਏ ਆਈਡੀਆ ਲੋਕ ਕੇ ਉਥੋਂ ਦੇਦਾ ਖੜੇ ਆ ਬੋਤਲ ਖਿਨਣ ਆਏ ਤੇ ਬੋਤਲ ਕੱਢੇ ਵੈਂਦੇ ਆਪਣੀ ਆ ਗਈ ਇੱਕ ਬਾਈ ਵੀ ਦੇ ਦਿਓ ਇਹਨੇ ਇਹਦਾ ਬਕਾਇ ਕੋ ਦੇ ਦਿਓ ਇਹਦੋ ਮੈਂ ਬਾਈ ਪੈਸੇ ਦੇਣਾ ਇਹਦੇ ਪੈਸੇ ਕੋ ਦੇ ਦਿਓ 500 ਵਿੱਚੋਂ ਬਾਈ ਬੋਤਲ ਨਾ ਪੈਸੇ ਉਹ ਅਲੱਗ ਦੇ ਦੇ ਬੋਤਲ ਓਕੇ ਨਹੀਂ ਇਹ ਬੋਤਲ ਸਹੀ ਹਨ ਆ ਜੀ ਕਈ ਵੇਂਦੇ ਵਾਪਸ ਵੱਲ ਨਹੀਂ ਆਏ ਮੈਂ ਗੱਲ ਗਏ ਹਨ ਗੁਜ਼ਰਾਨ ਦੇ ਵਿੱਚ ਕਈ ਹਾਰ ਚ ਫਾਇਦੇ ਚਾਹਤੇ ਹਨ ਕਈ ਜੀਤ ਕੇ ਰਹੇ ਨੁਕਸਾਨ ਦੇ ਵਿੱਚ ਕਈ ਜੀਤ ਕੇ ਰਹੇ ਨੁਕਸਾਨ ਦੇ ਵਿੱਚ ਇਹ ਜੀ ਪਿਛਲੇ ਹਫ਼ਤੇ ਅਸਾਂ ਖੁੰਬੀ ਗੁਲੰਦੇ ਸਾਡੇ ਘਰ ਖੁੰਬੀ ਥਾਈ ਖੜੀਏ ਲੇਕਿਨ ਮੇਰੇ ਕੋਲ ਥਾਈ ਖਰਾਬ ਖੜੀਏ ਪਾਣੀ ਛਾਣੀ ਕੋ ਮਿਲਦਾ ਇਹ ਹੁਣ ਸੁੱਤਾ ਪੈ ਸਕੂਨ ਮਾਮਾ ਕੋਈ ਟੈਨਸ਼ਨ ਕੋਈ ਟੈਨਸ਼ਨ ਟੈਨਸ਼ਨ ਕਹਿ ਨਹੀਂ ਅਤੇ ਇਹ ਬੰਦੇ ਕਹਿੰਦੇ ਨਾ ਮੰਗੇ ਨੇ 50000 ਰੁਪਿਆ ਹਸਪੀਟਲ ਵਾਲੇ ਕਿਤੇ ਦੀ ਮਾਰਾ ਠੀਕ ਥੀ ਵੈਸੀ ਤਰਾ ਠੀਕ ਥੀ ਵੈਸੀ ਤਰਾ ਜੀ ਮਾਰਾ ਠੀਕ ਥੀ ਵੈਸੀ ਅੱਛਾ ਯਾਰ ਇਹ ਸਾਡਾ ਯਾਰ ਹੈ ਸਾਡਾ ਬੇਲੀ ਹੈ ਸਾਡੇ ਇਕੱਠੇ ਵਾਦਾ ਰਹਿੰਦੇ ਤੂੰ ਸਾਡੇ ਦੇਵੇ ਟੁਰਦਾ ਫਿਰਦਾ ਔਰ ਖੇਡਾ ਕੁਦਾ ਦਾਂਦੇ ਕੋਚੀਆ ਕਹਿੰਦੀ ਇਹਦਾ ਜ਼ਿਆਦਾ ਜਾਨ ਬਚ ਗਈ ਹੈ ਮੋਟਰਸਾਈਕਲ ਦੇ ਉੱਤੇ ਖੜਾ ਇੱਥੇ ਰੋਡ ਦੇ ਉੱਤੇ ਅਤੇ ਇੱਕ ਵੀ ਮੋਟਰਸਾਈਕਲ ਆ ਸਾਡੇ ਇਲਾਕੇ ਦਾ ਉਹ ਫੇਰੀ ਸ਼ੇਰੀ ਜਿਹੜੇ ਲੈਣੇ ਨੂੰ ਪਾਪੜ ਵੇਚ ਕੇ ਅਤੇ ਜੁੱਤੀਆਂ ਛੁੱਤੀਆਂ ਗਿੱਧੀ ਵਜਨ ਉਹ ਜੀ ਪੇਟੀ ਲੋਹੇ ਦੀ ਲਈ ਵਧਾਈ ਉਹ ਆ ਕੇ ਮਾਰਿਆ ਜੋ ਹੈ ਜਿਹੜੀ ਰੇਸ ਵਾਲੀ ਜਗ੍ਹਾ ਇਹ ਪੱਕੜੀ ਬੈਠਾ ਹੈ ਉੱਤੇ ਅਤੇ ਉਹ ਲੱਗਿਆ ਜੋ ਹੈ ਨਾ ਇਹਦੀ ਅੰਗਲ ਤਰੁੱਟੀ ਗਈ ਹੈ ਮਤਲਬ ਇਵੇਂ ਚਮੜੇ ਦੇ ਨਾਲ ਮਾਸ ਦੇ ਨਾਲ ਲਟਕਦੀ ਖੜੀ ਹੈ ਵੱਲ ਡਾਕਟਰ ਤੋਂ ਕਹਿਣ ਨੂੰ ਆ ਕੇ 50000 ਰੁਪਿਆ ਘਿਨਸਾਈ ਦੇ ਵਿੱਚ ਇਹਦੀ ਅੰਗਲ ਬੱਚੇ ਜਾਂ ਬੱਚੇ ਉਹਦੇ ਵਿੱਚ ਕੋਈ ਗਰੰਟੀ ਕਹਿ ਨਹੀਂ ਲੱਗਿਆ ਇਹਨੇ ਵਾਲਾ ਉੱਥਾਂ 5000 ਨਹੀਂ ਦਿੱਤਾ ਇਹਨੇ ਆ ਕੇ ਵੀ ਅਸਾਂ ਕਟਵੈਂਦੇ ਹਾਂ ਅਤੇ ਮੈਂ ਗੱਲ ਨਹੀਂ ਕੰਮ ਲੈ ਲਿਆ ਕਰਨ ਪੈ ਗਏ ਉੱਥੋਂ ਉਹਨੇ ਆ ਕੇ ਪਤਾ ਨਹੀਂ ਕਿਆ ਥੀ ਗਿਆ ਉਹਨੇ ਆ ਕੇ ਜਵਾਬ ਹੈ ਇਹ ਵੱਲ ਵਾਪਸ ਆ ਕੇ ਐਨ ਇੱਥੋਂ ਆ ਕੇ ਇਹਨੇ ਬਧਵਾਈਏ ਇੱਕ ਜਾਤ ਹੁਣ ਬਧਵਾਈ ਪਏ ਦੇਖੋ ਪਤਾ ਨਹੀਂ ਕਿਆ ਬਣਦੇ ਬਾਕੀ ਦੁਆ ਕਰੇ ਸੋ ਅੱਲਾ ਪਾਕ ਖੈਰ ਕਰੇ ਅੰਗਲ ਬਚ ਵਨੇ ਵੈਸੇ ਉਹ ਸਾਰੀ ਤਰੁੱਟ ਗਈ ਹੈ ਉਹ ਆਖਦੇ ਕਿ ਇੱਕ ਰੱਗ ਦੇ ਉੱਤੇ ਅੰਗਲ ਖੜੀ ਰਹਿ ਗਈ ਔਰ ਥੋੜ੍ਹਾ ਜਿਹਾ ਮਾਸ ਦੇ ਨਾਲ ਅੜੀ ਖੜੀ ਆਈ ਅਤੇ ਬਾਕੀ ਤੁਸੀਂ ਯਾਰ ਦੁਆ ਕਰੇ ਸੋ ਸਾਰੇ ਲੋਕ ਕਿ ਜਲਦ ਤੋਂ ਜਲਦ ਠੀਕ ਥੀ ਵਨੇ ਔਰ ਐਬ ਲੱਗ ਪੈਂਦੇ ਯਾਰ ਅਗਰ ਅੰਗਲ ਕੋਈ ਆਪਣੇ ਜਿਸਮ ਦਾ ਉਜ਼ਾ ਜਿਹੜਾ ਹੋਵੇ ਕਟੀ 'ਚ ਵਜੇ ਨਾ ਬਹੁਤ ਵੱਡਾ ਐਬ ਹੈ ਇਹ ਤਾਂ ਬਸ ਇਹ ਐਬ ਤੋਂ ਬਚ ਵਨੇ ਦੁਆ ਕਰੇ ਸੋ ਵੈਲਕਮ ਬੈਕ ਦਿਹਾਤੀ ਖਗਾ ਆਰਮੀ
تے ہن گھروں نکل کے آ گئے ہیں باہر میں ویندائی نہیں پیاں او جڑے دوستی انگل دا مسئلہ تھا انگل جنی ٹوٹی ہے تے اون دی سسٹر دی شادی بہن جال شادی شادی دا ویلوگ تو گڈے سا ہن مطلب اگلے جمعرات ہے اج جمعہ ہفتے تو سا ویلوگ دے پے تے میں اڈہی ویندا پیاں وا دے پے جمعر تاری دا پروگرام ہے جول کے جمعر تاری دا پروگرام دے دیاں دے گیا جمعر مارنی پوسی سا کو ری سائیڈ تے جھاڑ وی تھوڑا تھوڑا بندا پے دیکھو پتہ نہیں کیا بندے نہیں بندا کوئی بارش دا ماحول تے انہاں میں کو کہ اپنا نا کوئی بوفر شو پر جڑے ڈبے شبے ہن میرے کنے کٹ ہے نا مطلب او دے ول اساں کوئی پروگرام بنوں ڈیک چیک چلاؤں تے وات میں دے نہ ہونے حالی روٹی شوٹی کھا گئے ساری عوام فری تھی سی وال جمعر تاری پروگرام بنے میں کون ہوئی میں او دو کون ہے او کتا کیندا اپنے جلدے ہیں ڈیٹ شیٹ جہی فکس تھی ہے وہ پتہ کرنے ہیں کیا شغل ملا اسی اور کیا کیا شادی کے انتظامات ہیں اور مینیو کھانا کا کیا نظام اسی وہ بھی چیک کرنے ہیں تو وہ اوکے گڈ بائے اللہ حافظ ٹاٹا ولاگ دے اینڈ کرنے پہ مل سو ایک نویں ولاگ اللہ حافظ